ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ DGP ਗੌਰਵ ਜਾਧਵ ਵੱਲੋਂ ਜਿਹੜਾ ਖੁਲਾਸਾ ਕੀਤਾ ਗਿਆ ਉਹ ਇਹ ਹੈ ਕਿ ਅੰਮ੍ਰਿਤਪਾਲ ਦੀ ਭੂਮਿਕਾ ਕੀ ਹੈ। ਮਤਲਬ ਸਿੱਧੇ ਤੌਰ 'ਤੇ ਜੇ ਕਹਿ ਲਈਏ ਤਾਂ ਗੁਰਪ੍ਰੀਤ ਹਰੀ ਨੌਂ ਦਾ ਕਤਲ ਕਰਾਉਣ ਵਾਸਤੇ ਅੰਮ੍ਰਿਤਪਾਲ ਦੀ ਭੂਮਿਕਾ ਹੈਗੀ ਆ, ਡਿਬਰੂਗੜ੍ਹ ਜੇਲ੍ਹ ਵਿੱਚ ਬੈਠੇ ਦੀ। ਮੈਂ ਦੋ ਕੁ ਬੇਨਤੀਆਂ ਕਰਨੀਆਂ ਨੇ। ਅਸੀਂ ਜਦੋਂ ਪੰਜਾਬ ਪੁਲਿਸ ਨੇ ਕਿਤੇ ਅੱਤਵਾਦ ਵੇਲੇ ਧੱਕਾ ਕੀਤਾ ਜਾਂ ਫੇਕ ਇਨਕਾਊਂਟਰ ਕੀਤੇ, ਜਾਇਜ਼ ਨਜਾਇਜ਼ ਜੋ ਵੀ ਹੋਇਆ, ਉਹਦਾ ਇਲਜ਼ਾਮ KPS ਗਿੱਲ ਦੇ ਮੱਥੇ ਮੜਿਆ। ਅੱਜ ਤੱਕ ਪੰਜਾਬ ਦੇ ਲੋਕ, ਭਾਵੇਂ ਉਹ ਖਾਲਿਸਤਾਨੀ ਨੇ, ਭਾਵੇਂ ਗਰਮ ਖਿਆਲੀ ਨੇ, ਭਾਵੇਂ ਮਾਨਦਲੀਏ ਹੋਣ ਜਾਂ ਧਾਰਮਿਕ ਜਥੇਬੰਦੀਆਂ ਹੋਣ, ਉਹ KPS ਗਿੱਲ ਨੂੰ ਬੁੱਜੜ ਕਹਿੰਦੀਆਂ ਨੇ। ਬਹੁਤ ਲੋਕ ਨੇ ਜਿਹੜੇ ਬੁੱਜੜ ਸ਼ਬਦ ਵਰਤਦੇ ਨੇ KPS ਗਿੱਲ ਦੇ ਲਈ। ਜੇ KPS ਗਿੱਲ ਦੇ ਨਾਲ ਕਿਸੇ ਦੀ ਫੋਟੋ ਵੀ ਵਾਇਰਲ ਹੋ ਗਈ ਉਹਨੂੰ ਵੀ ਬੁੱਜੜ ਕਿਹਾ ਗਿਆ। ਹੁਣ ਇਹ ਸ਼ਬਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੇ ਲਈ ਵੀ ਵਰਤੇ ਜਾਂਦੇ ਆ, ਉਹਨੂੰ ਵੀ ਬੁੱਜੜ ਕਿਹਾ ਜਾਂਦਾ। ਮੈਂ ਜਿਹੜੀ ਬੇਨਤੀ ਕਰ ਰਿਹਾ ਉਹਨੂੰ ਧਿਆਨ ਦੇ ਨਾਲ ਸੁਣਿਓ। ਇੱਕ ਹੋਰ ਇੱਥੇ ਐਡ ਕਰਦਾ, ਲੋਰੈਂਸ ਬਿਸ਼ਨੋਈ ਜੇਲ੍ਹ ਵਿੱਚ ਬੈਠਾ ਹੋਇਆ ਕਤਲ ਕਰਵਾ ਰਿਹਾ, ਬਹੁਤ ਵੱਡੇ ਅਮੀਰਾਂ ਦੇ ਕੋਲੋਂ ਫਿਰੌਤੀਆਂ ਮੰਗਦਾ ਹੈ, ਜਿਵੇਂ ਬਾਬਾ ਸਦੀਕੀ ਦਾ ਕਤਲ ਹੋਇਆ, ਉਹਨੇ ਜ਼ਿੰਮੇਵਾਰੀ ਲਈ ਹੈ। ਹੁਣ ਉੱਦਾਂ ਦਾ ਰਵੱਈਆ ਡਿਬਰੂਗੜ੍ਹ ਜੇਲ੍ਹ ਵਿੱਚ ਬੈਠ ਕੇ, ਜਾਣੀ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਬੈਠ ਕੇ ਅੰਮ੍ਰਿਤਪਾਲ ਦਾ ਹੈ। ਅੰਮ੍ਰਿਤਪਾਲ ਵੀ ਬਿਸ਼ਨੋਈ ਵਾਲੀਆਂ ਕਰਤੂਤਾਂ ਡਿਬਰੂਗੜ੍ਹ ਜੇਲ੍ਹ ਵਿੱਚ ਬੈਠਾ ਕਰ ਰਿਹਾ। ਹੁਣ ਇਹ ਸੱਚਾਈ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਪੰਜਾਬ ਦੇ ਵਿੱਚ ਜਿਹੜੇ ਜੂਥ ਦੇ ਸਿੱਖ ਬੰਦੀ ਸਿੱਖ ਜਥੇਬੰਦੀਆਂ ਵਿੱਚੋਂ ਦੋ ਧੜੇ ਨੇ, ਉਹ ਇੱਕ ਦੀਪ ਸਿੱਧੂ ਦਾ ਸੀ ਅਤੇ ਦੂਜਾ ਇਹਨੇ ਅੰਮ੍ਰਿਤਪਾਲ ਨੇ ਬਣਾ ਲਿਆ ਸੀ। ਹਾਲਾਂਕਿ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਹੈ ਉਹ ਦੀਪ ਸਿੱਧੂ ਨੇ ਬਣਾਈ ਸੀ, ਉਸ ਤੋਂ ਬਾਅਦ ਦੇ ਵਿੱਚ ਹਾਈਜੈਕ ਕਰਕੇ ਅੰਮ੍ਰਿਤਪਾਲ ਨੇ ਕਬਜ਼ਾ ਕਰ ਲਿਆ। ਅਤੇ ਅਵਤਾਰ ਖੰਡੇ ਰਾਹੀਂ ਜਿਹੜੀ ਦੀ ਇੰਗਲੈਂਡ ਵਿੱਚ ਮੌਤ ਹੋਈ ਹੈ ਉਹਦੇ ਰਾਹੀਂ ਸਭ ਕੁਝ ਹੋਇਆ। ਮੇਰਾ ਇੱਥੇ ਕਹਿਣ ਤੋਂ ਮਤਲਬ ਇਹ ਹੈ ਵੀ ਜਿਵੇਂ ਗੁਰਪ੍ਰੀਤ ਹਰੀ ਨੌਂ ਦਾ ਕਤਲ ਕੀਤਾ ਗਿਆ, ਸ਼ਰੇਆਮ ਇਹ ਜੱਗ ਜ਼ਾਹਰ ਹੋ ਗਿਆ ਕਿ ਅੰਮ੍ਰਿਤਪਾਲ ਦੇ ਬੰਦਿਆਂ ਨੇ ਉਹ ਕਤਲ ਕੀਤਾ ਹੈ। ਅਤੇ ਹੋਰ ਵੀ 25-26 ਬੰਦਿਆਂ ਦੀ ਲਿਸਟ ਜਾਰੀ ਕੀਤੀ ਹੋਈ ਹੈ, ਬਹੁਤ ਬੰਦਿਆਂ ਦੇ ਉਹਦੇ ਵਿੱਚ ਨਾਂ ਹੈਗੇ ਹੈ। ਮਤਲਬ ਜਿਹੜਾ ਵੀ ਬੰਦਾ ਅੰਮ੍ਰਿਤਪਾਲ ਦੇ ਵਿਰੋਧ ਵਿੱਚ ਖੜੂਗਾ ਜਾਂ ਬੋਲੂਗਾ ਉਹਦਾ ਕਤਲ ਕਰ ਦਿੱਤਾ ਜਾਊ, ਗੋਲੀਆਂ ਮਾਰ ਕੇ ਉਹਦੀ ਹੱਤਿਆ ਕਰ ਦਿੱਤੀ ਜਾਊ, ਇਹ ਲਿਸਟ ਜਾਰੀ ਹੋਈ ਹੈ। ਹੁਣ ਪੰਜਾਬ ਦੇ DGP ਗੌਰਵ ਜਾਧਵ ਨੇ ਜਿਹੜੀ ਭੂਮਿਕਾ ਦੱਸੀ ਹੈ ਅੰਮ੍ਰਿਤਪਾਲ ਦੀ, ਉਹ ਇਹੀ ਹੈ ਕਿ ਅੰਮ੍ਰਿਤਪਾਲ ਦੇ ਕਹਿਣ 'ਤੇ ਗੁਰਪ੍ਰੀਤ ਹਰੀ ਨੌਂ ਦਾ ਕਤਲ ਹੋਇਆ। ਹੁਣ ਜਿਹੜੇ ਪੰਜਾਬ ਦੇ ਵਸ਼ਿੰਦੇ ਲੋਕ ਨੇ ਜਿਹੜੇ ਇਹ ਕਹਿੰਦੇ ਨੇ ਕਿ ਸਾਨੂੰ ਸਿੱਖ ਕੌਮ ਦਾ ਕੋਈ ਵਾਰਸ ਚਾਹੀਦਾ, ਕੋਈ ਆਗੂ ਚਾਹੀਦਾ, ਵਧੀਆ ਲੀਡਰ ਚਾਹੀਦਾ, ਕਿ ਹੁਣ ਜਿਹੜਾ ਬੁੱਚੜ ਸ਼ਬਦ ਤੁਸੀਂ KPS ਗੱਲ ਲਈ ਵਰਤਦੇ ਹੋ ਜਾਂ ਭਗਵੰਤ ਮਾਨ ਲਈ ਵਰਤਦੇ ਹੋ ਮੌਜੂਦਾ ਮੁੱਖ ਮੰਤਰੀ ਲਈ, ਅਤੇ ਜਾਂ ਫਿਰ ਜਿਵੇਂ ਬਿਸ਼ਨੋਈ ਕਰਤੂਤਾਂ ਕਰਦਾ ਜੇਲ੍ਹਾਂ ਵਿੱਚ ਬੈਠਾ ਬੰਦੇ ਮਰਵਾ ਰਿਹਾ, ਹੁਣ ਉੱਦਾਂ ਦਾ ਤਖੱਲਸ, ਉੱਦਾਂ ਦੇ ਬੁੱਚੜ ਸ਼ਬਦ ਤੁਸੀਂ ਅੰਮ੍ਰਿਤਪਾਲ ਲਈ ਵਰਤੋਂਗੇ?
ਅਸੀਂ ਇਹੀ ਕਹਿੰਦੇ ਹਾਂ ਕਿ KPS ਗਿੱਲ ਨੇ ਨੌਜਵਾਨਾਂ ਦਾ ਕਤਲ ਕਰਵਾਇਆ, ਫੇਕ ਇਨਕਾਊਂਟਰ ਕੀਤੇ, ਇਹੀ ਕਹਿੰਦੇ ਹਾਂ ਨਾ। ਅਤੇ ਹੁਣ ਉਹੀ ਜਿਹੜੇ ਬੁੱਚੜ ਸ਼ਬਦ ਨੇ ਜਾਂ ਬਿਸ਼ਨੋਈ ਸ਼ਬਦ ਜਿਹੜਾ ਵਰਤਿਆ ਜਾਂਦਾ ਹੈ ਗੈਂਗਸਟਰਵਾਦ ਦੇ ਨਾਲ ਜੁੜਿਆ ਹੋਇਆ, ਕਿ ਉਹੀ ਨਾ ਹੁਣ ਅੰਮ੍ਰਿਤਪਾਲ ਲਈ ਅਸੀਂ ਵਰਤ ਸਕਦੇ ਹਾਂ? ਕੋਈ ਕਹੂਗਾ ਕਿਸੇ ਦੇ ਵਿੱਚ ਹਿੰਮਤ ਹੈ? ਮੈਂ ਸ਼ਰੇਆਮ ਇਹ ਗੱਲ ਕਹਿੰਦਾ ਕਿ ਜਿੱਦਾਂ ਬੰਦੇ ਬਿਸ਼ਨੋਈ ਮਰਵਾ ਰਹੇ ਜੇਲ੍ਹਾਂ ਵਿੱਚ ਬੈਠਾ ਹੋਇਆ, ਉੱਦਾਂ ਹੀ ਅੰਮ੍ਰਿਤਪਾਲ ਇਹ ਕਾਰਜ ਕਰ ਰਿਹਾ। ਹੁਣ ਜਿਹੜੇ ਅੰਮ੍ਰਿਤਪਾਲ ਨੂੰ ਚਾਹੁਣ ਵਾਲੇ ਨੇ ਕਿ ਹਲੇ ਵੀ ਇੱਦਾਂ ਭੇਡਾਂ ਵਾਂਗੂ ਮਗਰ ਲੱਗੇ ਰਹਿਣਗੇ ਉਹਨਾਂ ਦੇ, ਅੰਮ੍ਰਿਤਪਾਲ ਦੇ ਪਿਓ ਨੇ, ਉਹਦੇ ਪਾਪਾ ਜੀ ਨੇ ਅੱਜ ਤੱਕ ਕੋਈ ਵੀ ਇਸ ਵਿਸ਼ੇ 'ਤੇ ਟਿੱਕਾ ਟਿੱਪਣੀ ਨਹੀਂ ਕੀਤੀ, ਕੋਈ ਸਟੇਟਮੈਂਟ ਨਹੀਂ ਆਈ, ਬਿਲਕੁਲ ਮੂੰਹ ਬੰਦ ਨੇ ਇਹਨਾਂ ਲੋਕਾਂ ਦੇ। ਪਰ ਕੀ ਪੰਜਾਬ ਦੀ ਨੌਜਵਾਨੀ ਨੂੰ ਇਹ ਕੌਮ ਦੇ ਸਿਰ 'ਤੇ ਬੈਠਣ ਵਾਲੇ ਬੇਵਕੂਫ ਅੰਮ੍ਰਿਤਪਾਲ ਵਰਗੇ ਇੱਦਾਂ ਮਰਵਾਉਂਦੇ ਰਹਿਣਗੇ ਅਤੇ ਅਸੀਂ ਅੱਖਾਂ ਬੰਦ ਕਰਕੇ ਦੇਖਦੇ ਰਵਾਂਗੇ? ਅਸੀਂ ਕੌਮ ਦੇ ਆਗੂ ਇਹੋ ਜਿਹੇ ਲੋਕਾਂ ਨੂੰ ਮੰਨਾਂਗੇ ਜਿਹੜੇ ਬਾਹਰ ਘੁੰਮਦੇ ਹੋਏ ਵੀ ਮੁੰਡਿਆਂ ਨੂੰ ਮਰਵਾ ਰਹੇ ਸੀ ਅਤੇ ਜੇਲ੍ਹਾਂ ਵਿੱਚ ਬੈਠ ਕੇ ਵੀ ਮਰਵਾ ਰਹੇ ਨੇ? ਇਹ ਸ਼ਰੇਆਮ ਸਬੂਤ ਨੇ ਪੰਜਾਬ ਦੇ DGP ਗੌਰਵ ਯਾਦਵ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ, ਖੁਲਾਸਾ ਕੀਤਾ ਹੈ ਕਿ ਅੰਮ੍ਰਿਤਪਾਲ ਦੀ ਸੱਚਮੁੱਚ ਭੂਮਿਕਾ ਹੈ ਗੁਰਪ੍ਰੀਤ ਹਰੀ ਨੌਂ ਦੇ ਕਤਲ ਵਿੱਚ ਪਿੱਛੇ। ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਜਿਹੜੀਆਂ ਭੇਡਾਂ ਪੰਜਾਬ ਦੇ ਵਿੱਚ ਚੀਕਾਂ ਮਾਰਦੀਆਂ ਨੇ ਅੰਮ੍ਰਿਤਪਾਲ ਅੰਮ੍ਰਿਤਪਾਲ ਕਰਦੀਆਂ ਨੇ, ਉਹਨਾਂ ਨੂੰ ਥੋੜ੍ਹੀ ਜਿਹੀ ਅਕਲ ਆ ਜਾਏ ਵੀ ਅਸੀਂ ਇਹਨਾਂ ਲੋਕਾਂ ਨੂੰ ਆਪਣੀ ਕੌਮ ਦੇ ਸਿਰ 'ਤੇ ਨਾ ਬਹਾਈਏ। ਪਹਿਲਾਂ ਕੌਮ ਬਰਬਾਦ ਕਰਤੀ ਅਤੇ ਹੁਣ ਇਹ ਵੀ ਕੌਮ ਨੂੰ ਮਰਵਾਉਣ ਵਾਸਤੇ ਤੁਰੇ ਹੋਏ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।